नशा किया कि नज़र है मैं जी साल डेढ़ साल किया पूरा राजमा जी राजमा हाँ डक के पूरा जानी है तसलियां करा दे तो चिट्टा मैं पीन बहुत लग गया जिमें चार पाँच ग्राम दिहाड़ी का मैं पी जाता फिर जो मैं आपकी बेटी मेरी सी चार पाँच साल की छोटा सी मुंडा जो इन्होंने मूल ही वेख्या फिर मैं थोड़ा जहा भी सोचा भी जाना ही पैना हूँ मैं 2013 का एंड एंड जी 14 की शुरुआत जी प्रैक्टिस कर लग्या मैं मैनू पता मेरी माँ मेरे भाई सदमे जी मर गई क्योंकि सुबह ही लग जाना पन्नी से पीन ग्राम ग्राम सट लेना पे एक मेरे ना साइड खराब हो गई थी लत जमा ही उल्ले गामेंट जो टुटे हुए थे दूजी लत जोर जा लक लग के विंगी हो गई बहुत नुकसान होया मैं जमा रोड से आ गया भाजी गड्डी चंगी होंगी थी मेरे को भी बह गई तो 30 किलोमीटर डेली मेरा साइकिल 5-7 लाख रुपया सांझे घर चो ट्रालों चो घाटा घूटा पै के बचा से वो भी खा गया मैं 21 दिन मैंने तोड़ लगी रही जो मैं चिट्टा छड़ता प्रैक्टिस तो दिन ढल जाता रात पै जी मैं नहीं थकता देसी 20-20 ग्राम कट्ठा लिया के रख लें मैं तो 20 दिन कड जमें मैं 4-5 दिन कड ले शरीर के पावर भी 8 सालों इन्नी आ गई भी कोई 25-26 साल का मुंडा मेरे मूहे खड़ा नहीं वेटा जी जिन्हें मर्जी हो मशीन मुक जाने पर आप नहीं थकते मोगे जिले का घट्टो घट 3000 मुंडा मेरी निगाह चा जो मतलब मैं फोन करके बेचारे पुछते भी भाजी असं छड़ना चाहते चिट्टा पर छोड़ 3000 जो कोई आप कह भी चलिए भी पैसे है बिना काम कर लगे उदो बंद लूकंडा खड़ा हो जाता वो मानसिक तौर पर तोड़ लग जाता भी दुआरे लोग अज की नज़र ना वेखन लगे आ पर मैं मुसीबत बहुत झलनिया पड़ी सत श्री अकाल जी लोक आवाज़ टीवी देख रहे हो तुसी मैं मनिंदरजीत सिद्धू दोस्तों चोणा बीतियां तो चोणा दे दौरान जब असी पिंडां दे विच जांदे सी तां लोक एक मुद्दे नूं लै के बड़े गंभीर सी ते लोक चिंता करदे सी हर पिंड च समस्या सी उस समस्या जो पंजाब दी मुख समस्या नशा नशे दे करके हज़ारां नौजवान आ जिहड़े ਉਹ ਆਪਣੀਆਂ ਜਾਨਾਂ ਗਵਾ ਚੁੱਕੇ ਆ ਅਤੇ ਹਜ਼ਾਰਾਂ ਅਜਿਹੇ ਨੌਜਵਾਨ ਆ ਜਿਹੜਾ ਆਪਣਾ ਘਰ ਬਾਰ ਤਬਾਹ ਕਰ ਚੁੱਕੇ ਆ ਅਤੇ ਹਜ਼ਾਰਾਂ ਅਜਿਹੇ ਆ ਜਿਹੜੇ ਉਸ ਲਾਈਨ 'ਚ ਲੱਗੇ ਹੋਏ ਆ ਘਰ ਬਾਰ ਤਬਾਹ ਕਰਨ ਵਾਲੇ ਅਤੇ ਆਪਣੇ ਜਾਨ ਗਵਾਉਣ ਵਾਲੇ ਪਾਸੇ ਪਰ ਇਸੇ ਨਸ਼ੇ ਦੇ ਵਿੱਚੋਂ ਕੁਝ ਲੋਕ ਅਜਿਹੇ ਵੀ ਆ ਜਿਹੜੇ ਇਹਦੇ ਨਾਲ ਲੜ ਕੇ ਕਿਉਂਕਿ ਨਸ਼ਾ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਦਿਮਾਗ ਨੂੰ ਕਮਜ਼ੋਰ ਕਰਦਾ ਦਿਮਾਗੀ ਬਿਮਾਰੀ ਦੇ ਤੌਰ 'ਤੇ ਕਿਉਂਕਿ ਜਿਹੜਾ ਨਸ਼ੇ ਦਾ ਅਤੇ ਦਿਮਾਗੀ ਬਿਮਾਰੀਆਂ ਦਾ ਡਾਕਟਰ ਵੀ ਇੱਕ ਹੀ ਹੁੰਦਾ ਕਿਉਂਕਿ ਵਿਅਕਤੀ ਕਮਜ਼ੋਰ ਹੋ ਜਾਂਦਾ ਉਹਨੂੰ ਇਹ ਲੱਗਦਾ ਕਿ ਮੈਥੋਂ ਛੁੱਟਣਾ ਨਹੀਂ ਮੈਂ ਫਸ ਚੁੱਕਿਆ ਇਹਦੇ ਗ੍ਰਿਫਤ 'ਚ ਹੋ ਚੁੱਕਿਆ ਮੇਰੇ ਇਹਦੇ ਬਿਨਾਂ ਸਰਨਾ ਨਹੀਂ ਮੈਂਟਲੀ ਤੌਰ 'ਤੇ ਇੰਨਾ ਜਿਹੜਾ ਕਮਜ਼ੋਰ ਹੋ ਜਾਂਦਾ ਪਰ ਕੁਝ ਲੋਕ ਹੁੰਦੇ ਆ ਜੋ ਲੜਦੇ ਆ ਝਗੜਦੇ ਆ ਨਿਕਲਦੇ ਆ ਬਾਹਰ ਅਤੇ ਕੁਝ ਅਜਿਹਾ ਕਰਕੇ ਦਿਖਾ ਦਿੰਦੇ ਆ ਜਿਹੜਾ ਸੋਚਿਆ ਵੀ ਨਹੀਂ ਹੁੰਦਾ ਤਾਂ ਇਸੇ ਤਰੀਕੇ ਦੀ ਕਹਾਣੀ ਹੈ ਮੋਗਾ ਜ਼ਿਲ੍ਹੇ ਦਾ ਪਿੰਡ ਚੜਕ ਹੈ ਚੜਕ ਦਾ ਰਹਿਣ ਵਾਲਾ ਨੌਜਵਾਨ ਹੈ ਬਾਈ ਤੁਸੀਂ ਸਾਹਮਣੇ ਦੇਖ ਰਹੇ ਹੋ ਕਰਨੈਲ ਸਿੰਘ ਅਤੇ ਉਰਫ ਕੈਲਾ ਪਹਿਲਵਾਨ ਕਹਿੰਦੇ ਆ ਵੇਖ ਕੇ ਬਾਈ ਨੂੰ ਤੁਹਾਨੂੰ ਲੱਗਦਾ ਨਹੀਂ ਹੋਣਾ ਇੰਝ ਲੱਗਦਾ ਹੋਣਾ ਵੀ ਕਰਨੈਲ ਸਿੰਘ ਪੁਰਾਣਾ ਜਿਹਾ ਨਾਮ ਜਿਵੇਂ ਹੁੰਦਾ ਵੀ ਬਜ਼ੁਰਗਾਂ ਦਾ ਨਾਮ ਜਾ ਪਰ ਬਾਈ ਦੀ ਉਮਰ ਬਜ਼ੁਰਗਾਂ ਵਾਲੀ ਨਹੀਂ ਹੈ ਅਤੇ ਇਹ ਵੀ ਨਹੀਂ ਕਹਿ ਸਕਦੇ ਕਿ ਬਾਈ ਦੀ ਉਮਰ ਜਵਾਨਾਂ ਵਾਲੀ ਹੈ ਦੇਖਣ 'ਚ ਬੇਸ਼ੱਕ ਤੁਹਾਨੂੰ ਲੱਗਦਾ ਹੋਵੇ ਕਿ ਕੋਈ 25-30 ਸਾਲ ਦਾ ਮੁੰਡਾ ਇਹ ਵੀ ਗੱਲ ਝੂਠੀ ਹੈ ਉਮਰ ਹੈ ਬਾਈ ਦੀ 43 ਸਾਲ 43 ਸਾਲ ਉਮਰ ਹੈ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਹੈ ਚਿੱਟਾ ਲਾਉਂਦਾ ਰਿਹਾ ਬਾਈ ਉਹ ਗੱਲਬਾਤ ਕਰਾਂਗੇ ਕਿ ਉਹ ਇਸ ਨਸ਼ੇ ਵਾਲੇ ਪਾਸੇ ਕਿਵੇਂ ਆਇਆ ਕੀ ਹਾਲਾਤ ਬਣੇ ਅਤੇ ਕਿਵੇਂ ਇਹ ਤੋਂ ਬਾਹਰ ਨਿਕਲਿਆ ਅਤੇ ਅੱਜ ਬਾਡੀ ਬਿਲਡਰ ਬਣਿਆ ਸੋਨੂ ਸੂਦ ਤੁਸੀਂ ਸਭ ਜਾਣਦੇ ਹੋ ਕਿ ਚੋਣ ਲੜੇ ਆ ਉਹਨਾਂ ਦੇ ਭੈਣ ਉਹ ਇੱਥੇ ਰਹੇ ਆ ਲਗਾਤਾਰ ਮੋਗੇ ਦੇ ਵਿੱਚ ਬਾਈ ਨਾਲ ਵੀ ਬੜਾ ਪਿਆਰ ਆ ਜਿੰਮ ਵੀ ਲਾਉਂਦੇ ਰਹੇ ਆ ਬਾਈ ਦੇ ਨਾਲ ਤਾਂ ਉਹਨਾਂ ਦੀ ਸਟੇਜ 'ਤੇ ਬੋਲਿਆ ਸਾਰੇ ਵਿਸ਼ੇ 'ਤੇ ਚਰਚਾ ਕਰਾਂਗੇ ਸਾਡੇ ਨਾਲ ਕਰਨੈਲ ਸਿੰਘ ਉਰਫ ਕੈਲਾ ਪਹਿਲਵਾਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਬਾਈ ਮਨਿੰਦਰਜੀਤ ਸਿੰਘ ਸਿੱਧੂ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਸਵਾਗਤ ਆ ਮੇਰੇ ਵੱਲੋਂ ਅਤੇ ਲੋਕ ਆਵਾਜ਼ ਟੀ ਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਹਾਂਜੀ ਬਾਈ ਸਭ ਤੋਂ ਪਹਿਲਾਂ ਸਾਨੂੰ ਐਂ ਦੱਸੋ ਵੀ ਤੁਸੀਂ ਪਹਿਲਾਂ ਕੰਮ ਕੀ ਕਰਦੇ ਸੀ ਕਿਵੇਂ ਜਿਹੜਾ ਤੁਸੀਂ ਦੱਸਿਆ ਕਿ ਮੈਂ ਨਸ਼ੇ ਵਾਲੇ ਪਾਸੇ ਤੁਰਿਆ ਇਹ ਸਾਰੇ ਮੋੜ ਬਾਰੇ ਜ਼ਿੰਦਗੀ ਦੇ ਮੋੜ ਬਾਰੇ ਪਹਿਲਾਂ ਭਾਅ ਜੀ ਮੈਂ ਕਬੱਡੀ ਦਾ ਪਲੇਅਰ ਸੀਗਾ ਠੀਕ ਹੈ ਅਤੇ ਫਿਰ ਮੇਰੇ ਉਹ ਸੱਟ ਲੱਗ ਗਈ ਲਿਗਾਮੈਂਟ ਟੁੱਟ ਗਏ ਚਲੋ ਕਬੱਡੀ ਤੋਂ ਪਿੱਛੇ ਹਟ ਗਏ ਮੈਂ ਆਪਦਾ ਬਿਜ਼ਨਸ ਚਲਾ ਲਿਆ ਟਰਾਲੇ ਸੀ ਮੇਰੇ ਕੋਲ 3 ਠੀਕ ਹੈ ਅਤੇ ਚਲੋ ਬਹੁਤ ਵਧੀਆ ਚੱਲ ਰਿਹਾ ਸੀ ਡੇਰੀਆਂ ਵੀ ਸੀ ਆਪਣੇ ਕੋਲ ਚੰਗਾ ਕਾਰੋਬਾਰ ਸੀ ਪਿੰਡ ਦੇ ਵਿੱਚ ਬਹੁਤ ਸੋਹਣਾ ਨਾਮ ਬਣਿਆ ਹੋਇਆ ਸੀ ਕਾਰੋਬਾਰ ਨੂੰ ਲੈ ਕੇ ਚੰਗੀ ਇੱਜ਼ਤ ਸੀਗੀ ਠੀਕ ਹੈ ਜੀ ਭਾਅ ਜੀ ਫਿਰ ਇੱਕ ਦਿਨ ਇਹੋ ਜਿਹਾ ਭਾਣਾ ਵਾਪਰ ਗਿਆ ਆਪਣੇ ਟਰਾਲੇ ਦੇ ਘਾਟਾ ਪੈ ਗਿਆ ਮਤਲਬ ਟਰਾਲੇ ਦੇ ਵਿੱਚੋਂ ਆਪਣੇ ਕੋਈ ਇਸ ਤਰ੍ਹਾਂ ਦਾ ਵਾਕਾ ਹੋ ਗਿਆ ਵੀ ਆਪਣਾ ਬੀਮਾ ਲੰਘਿਆ ਹੋਇਆ ਸੀ ਪੈਸੇ ਆਪਾਂ ਨੂੰ ਮੋਟੇ ਭਰਨੇ ਪੈ ਗਏ ਠੀਕ ਹੈ
उस तो बाद चलो ये घर बैठ गए कोई काम कार ना रहा, भाई भी छोटा अड्ड हो गया जी। ते एक मेरे ना साइड खराब हो गई थी लत जमा ही, लिगामेंट जो टुटे हुए थे दूजी लत जोर जा लक लग के विंगी हो गई थी। फिर मैं मतलब थोड़ा जहा थोनू पता जो कम डिग पे बंदे का सौ तरह चढ़ा आते मन से, उधरों बच्चे भी हूँ थोड़ा पता हो गए थे तीन तीन चार चार साल के उदो, ठीक है 2013 की गल आ। तो मैं गलत पास सोसायटी मेरी यो जी हो गई, कुछ मुंडे साढ़े पिंड चिट्टा चुट्टा लाते मैं दो चार दिन हफ्ता खंड उन्होंने ला लिया, बस भाई उतो पक्के पै गए, ठीक है। फिर मैं कुछ तरकं यहोजा बजिया, मतलब मैं सोचा मैं क्या भी यार ये तो बड़ा गलत हो गया काम, ए तो गल नहीं बननी। हौली हौली मैं करता करता उन्होंने घटा शुरू करता, चिट्टा मैं पीन बहुत लग गया से, जिम्मे चार पाँच ग्राम दिहाड़ी का मैं पी जाता से चार पाँच ग्राम। हाँ जी हाँ जी, क्योंकि सुबह ही लग जाना पन्नी से पीन ग्राम ग्राम सैट लेना, थोड़ा जहा मेरा काम यह भी जिम्मे हम प्रैक्टिस में भी मेरा राजी नहीं बनता, खुराक खुरूक भी मैं बहुत खाएँ, इसे तरह ही नशे का काम हो गया, मैंने कुछ करता नहीं। तो फिर मैं हौली हौली इस पास साल सवा साल बाद मुड़ना शुरू किया, चलो कुछ यहोजी घटनावान हुई मुड़ते मुड़ा, एक दौर यहोजा भी आया भी मतलब 21 दिन मैंने तोड़ लगी रही जो मैं चिट्टा छड़ता छड़िया। हाँ जी हाँ जी, बहुत औखा होया मैं, तो बिचों तो मैं मतलब मन मेरा डोल गया, पहला भी मैं इंटरव्यू दस चुकिया भी यार छड़ परे भलवाना बेइज्जती भी करा ली, कोले भी कुछ नहीं रहा, तो भी आप सुसाइड कर लगे। फिर जो मैं आपकी बेटी मेरी सी चार पाँच साल की, छोटा सी मुंडा, ठीक है, जो इन्हों की मूहली वेख्या फिर मैं थोड़ा जहा भी सोचा भी मतलब जाना ही पैना। चलो मन मजबूत किया, परमात्मा का नाम लेना शुरू करता। एक गल आई मतलब पहला तो मेरी आदत है मैं सुबह सदे उठ के ना परमात्मा को बहुत ध्यान, ठीक है। हाँ जी चलो फिर उस आशीर्वाद लैके हौली हौली करते कराते वो दिन भी टप गए। तो हूँ मैं 2013 का एंड एंड जे 14 की शुरुआत जी प्रैक्टिस कर लग्या, मैं समझ लो 8 साल हो गए रेगूलर करते कराते, एक तो नाले तो मेरी लत बिल्कुल ठीक हो गई आ, ठीक है। तो अज नशे की गिरफ्त चो निकल के बॉडी तो चलो बहुत सोहनी परमात्मा की कृपा ना, कोई माण वाली गल नहीं जी, कहो नानक सब तेरी वड्याई, कोई नाम ना जाने मेरा वाहेगुरु महावाक अनुसार वह थोड़े सामने ही आ। शरीर के पावर भी 8 साल इन्नी आ गई भी कोई 25-26 साल का मुंडा मेरे मूहे खड़ा नहीं वेटा जी, जिन्हें मर्जी होने मशीन मुक् जाने पर आप नहीं थकते। अच्छा हाँ जी, तो 30 किलोमीटर डेली मेरा सैकल आ, 30 किलोमीटर। हाँ जी हर रोज़, हर रोज़ ऐतवार 60-70 किलोमीटर होंगे इन्ना सैकल चला। हाँ जी इन्ना चलाना है, तो करते कराते हम तुम देख लो भी 12,500 धरती का चक्कर आ सारा, तो 7 साल कि करता होगा मैं घट्टो घट्ट 5 चक्कर धरती के लाते हो गए। तो जिमें हिंदू पुराणा च लिखा भी गणेश भगवान एक श्रैक्टी का चक्कर लाने ही वरदान मिल गया सर्वश्रेष्ठ देवते का, चलो अपनी बाडी तो परमात्मा ने बनानी बनानी सी, बस आह मेरी हैगी चक्कर। अच्छा नशा किया कि चिर है? मैं जी साल 1.5 साल किया पूरा रजमा जी, रजमा हाँ डक के पूरा जानी है भी तसलियां करा देना। ਕਿੰਨਾ ਤੁਸੀਂ ਕਿਹਾ 5 ਗ੍ਰਾਮ? ਹਾਂ 5 ਗ੍ਰਾਮ ਮੈਂ ਪੀ ਜਾਂਦਾ ਸੀ ਬੜੇ ਆਰਾਮ ਨਾਲ ਜੀ। ਆਮ ਜਿਹੜੇ ਨੌਜਵਾਨ ਲਾਉਂਦੇ ਆ ਕਿੰਨਾ ਹਰ ਰੋਜ਼? ਇਹ ਜਿਹੜੇ ਨੌਜਵਾਨ ਆਮ ਤਾਂ ਗ੍ਰਾਮੀ 1.5 ਗ੍ਰਾਮੀ ਨੂੰ ਮਤਲਬ ਬਹੁਤ ਜ਼ਿਆਦਾ ਮੰਨਦੇ ਆ, ਇੰਨੇ ਨੇ ਟੈਟ ਹੋ ਜਾਂਦੇ ਆ ਇਹ ਵਿੱਚ ਕੋਈ 5 ਗ੍ਰਾਮ ਦੀ ਮਤਲਬ ਅੱਜ ਦੀ ਕੀਮਤ ਲਾਉਣੀ ਹੋਵੇ ਕਿੰਨੀ ਹੈ? ਹੁਣ ਤਾਂ ਮੈਨੂੰ ਕੀਮਤ ਨਹੀਂ ਪਤਾ, ਬਾਜ਼ਾਰ ਦੇ ਵਿੱਚ ਉਦੋਂ 2,000 ਰੁਪਈਆ 2,100 ਰੁਪਈਆ ਗ੍ਰਾਮ ਮਿਲਦਾ ਸੀਗਾ ਗ੍ਰਾਮ, ਯਾਨੀ ਕਿ ਲਗਭਗ 10,000 ਦਾ, ਲਗਭਗ 10-11,000 ਦਾ। ਹਾਂਜੀ ਹਾਂਜੀ, ਅੱਜ ਦੇ ਟਾਈਮ 'ਚ ਉਦੋਂ ਦੁੱਗਣਾ ਤਿੱਗਣਾ ਮਹਿੰਗਾ ਤਾਂ ਹੋਊਗਾ। ਹਾਂਜੀ ਹਾਂਜੀ, ਅਤੇ 10,000 ਰੁਪਏ ਦਾ ਚਿੱਟਾ ਹਰ ਰੋਜ਼? ਹਾਂਜੀ ਜੇ ਅੱਜ ਦੇ ਮੇਰੇ ਹਿਸਾਬ ਨਾਲ ਜਿਹੜਾ ਜਿੰਨਾ ਕੁ ਮੈਂ ਸੁਣਦਾ ਹੁਣ 3,000-3,500 ਗ੍ਰਾਮੀ ਆ, ਜੇ ਕੋਈ ਇਸ ਤਰ੍ਹਾਂ ਦਾ ਬੰਦਾ ਲੱਗ ਜਾਏ ਤਾਂ ਘਰ ਬਸ ਮਹੀਨੇ ਵੀ ਇਹਦੇ ਨਾਲ ਜੁੜ ਜਾਂਦਾ। ਫਿਰ ਤੁਹਾਡਾ ਵੀ ਤਾਂ ਨੁਕਸਾਨ ਬਹੁਤ ਹੋਇਆ? ਬਹੁਤ ਨੁਕਸਾਨ ਹੋਇਆ, ਮੈਂ ਜਮ੍ਹਾਂ ਰੋਡ 'ਤੇ ਆ ਗਿਆ ਭਾਅ ਜੀ, ਗੱਡੀ ਚੰਗੀ ਹੁੰਦੀ ਸੀ ਮੇਰੇ ਕੋਲ ਉਹ ਵੀ ਵਹਿ ਗਈ, ਅਤੇ ਬੁਲਟ ਸੀ ਉਹ ਵੀ ਗਿਆ ਮੇਰਾ, ਜਿਹੜੇ ਮੇਰੇ ਕੋਲ 5-7 ਲੱਖ ਰੁਪਈਆ ਸਾਂਝੇ ਘਰ 'ਚੋਂ ਟਰਾਲਿਆਂ 'ਚੋਂ ਘਾਟਾ ਘੁਟਾ ਪੈ ਕੇ ਬਚਿਆ ਸੀ ਉਹ ਵੀ ਖਾ ਗਿਆ ਮੈਂ, ਅਤੇ ਬਾਕੀ ਕੁਛ ਮੇਰੇ ਕੋਲ ਸੋਨਾ ਕਾਫੀ ਸੀ, ਸੋਨਾ ਤਾਂ ਖੈਰ ਮੈਂ ਚਿੱਟੇ ਦੇ ਵਿੱਚ ਨਹੀਂ ਡਾਇਆ, ਉਹ ਤਾਂ ਫਿਰ ਮੈਂ ਬਾਅਦ 'ਚ ਖਰਾਕ ਹੀ ਖਾ ਗਿਆ। ਮੈਨੂੰ ਫਿਰ ਮਿਸੀ ਜੀ ਨੇ ਸਾਥ ਬਹੁਤ ਦਿੱਤਾ, ਤੂੰ ਸਹੀ ਹੋ ਕੋਈ ਨਹੀਂ ਸੋਨੇ ਦਾ ਕੋਈ ਨਹੀਂ, ਠੀਕ ਹੈ। ਹਾਂਜੀ ਪਰਿਵਾਰ ਵੱਲੋਂ ਸਾਥ? ਪਰਿਵਾਰ ਵੱਲੋਂ ਪੂਰਾ, ਮੇਰੀ ਮਿਸੀ ਜੀ ਨੇ ਪੂਰਾ ਸਾਥ ਦਿੱਤਾ, ਬੱਚਿਆਂ ਨੇ ਪੂਰਾ ਸਾਥ ਦਿੱਤਾ, ਮੇਰੇ ਮੁੰਡਾ ਵਿਚਾਰਾ ਇਹ ਤੁਹਾਡੇ ਸਾਹਮਣੇ ਖੜਾ, ਮੇਰਾ ਬੇਟਾ ਮਾਲਸ਼ਾਂ ਮੂਲਸ਼ਾਂ ਵੀ ਕਰਦਾ, ਜੋ ਮੈਂ ਥੱਕ ਤੁੱਕ ਜਾਂਦਾ ਹੁਣ ਤਾਂ ਮੈਂ ਥੱਕਣ ਵਾਲਾ ਕੰਮ ਹੀ ਨਹੀਂ ਰਹੇਗਾ ਜਾਣੀ, ਜਦੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਬਹੁਤ ਥੱਕ ਜਾਂਦਾ ਹੁੰਦਾ ਪਰ ਮੈਂ ਹਿੰਮਤ ਨਹੀਂ ਹਾਰੀ। ਹਾਂਜੀ ਹਾਂਜੀ, ਅਤੇ ਜਦੋਂ ਇੱਥੇ ਨਸ਼ੇ ਵਾਲੇ ਪਾਸੇ ਕੈਲਾ ਭਲਵਾਨ ਕਬੱਡੀ ਵਾਲਾ ਨਸ਼ਿਆਂ ਵਾਲੇ ਪਾਸੇ ਆਇਆ, ਤਾਂ ਉਦੋਂ ਫਿਰ ਮਤਲਬ ਇੱਕ ਖਿਡਾਰੀ ਦੀ ਨਿਗਾਹ ਨਾ, ਖਿਡਾਰੀ ਨੂੰ ਹੋਰ ਨਿਗਾਹ ਨਾਲ ਦੇਖਦੇ ਹੁੰਦੇ ਲੋਕ, ਅਤੇ ਇੱਕ ਨਸ਼ੇੜੀ ਨੂੰ ਹੋਰ ਨਿਗਾਹ ਨਾਲ। ਬਿਲਕੁਲ ਬਾਈ ਜੀ, ਮੈਂ ਇਹੀ ਦੱਸਣਾ ਚਾਹੁੰਦਾ ਵੀ ਜਿਹੜਾ ਬੰਦਾ ਕਿੱਡਾ ਮਰਜ਼ੀ ਬੰਦਾ ਹੋਵੇ, ਤੁਸੀਂ ਵੇਖ ਲਓ ਗੁਰਜੀਤ ਧੂਤਣੀ ਬਾਈ ਕਿੱਡੇ ਕਿੱਡੇ ਭਲਵਾਨ ਸੀਗੇ, ਅਤੇ ਹੁਣ ਵਿਚਾਰਿਆਂ ਦੀ ਚਲੋ ਆਪਣੀ ਲੀਹ 'ਤੇ ਪਰੜੀ 'ਤੇ ਆ, ਬਹੁਤ ਖੁਸ਼ੀ ਹੁੰਦੀ ਮੈਨੂੰ ਬਹੁਤ, ਉਹਨੇ ਵੀ ਛੱਡ ਗਿਆ ਨਸ਼ੇੜੀ ਨੂੰ, ਬੰਦਾ ਮਤਲਬ ਬੰਦੇ ਦਾ ਹੌਲੀ ਹੌਲੀ ਨਾ ਵਿਗਾੜ ਡਿੱਗ ਪੈਂਦਾ ਬਾਈ, ਫਿਰ ਉਹ ਬੰਦੇ ਦੇ ਲੋਕ ਯਕੀਨ ਕਰਨ ਨੂੰ ਹਟ ਜਾਂਦੇ ਆ, ਕਿੱਥੇ ਦਾ ਬੰਦਾ ਤੁਰਿਆ ਜਾਂਦਾ, ਮੇਰੀ ਵੀ ਮੇਰੇ 5-7 ਲੱਖ ਰੁਪਈਆ ਤੁਰਿਆ ਜਾਂਦਾ, ਜਦੋਂ ਮਰਜ਼ੀ ਫੜ ਲੈਂਦਾ ਨਹੀਂ ਮੈਂ, ਅਤੇ ਨਸ਼ੇ ਵੀ ਉਹ ਜਿਹਾ ਦੌਰ ਵੀ ਆਇਆ ਵੀ ਲੋਕ 5-7 ਹਜ਼ਾਰ ਦੇਣ ਉਹ ਵੀ ਚੱਲਣ ਲੱਗ ਗਏ ਵੀ ਇਹਨੇ ਨਸ਼ਾ ਹੀ ਪੀ ਜਾਣਾ, ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਭਾਅ ਜੀ।
हूँ द्वारे चलो मैं परमात्मा का शुक्र गुजार हाँ भी द्वारे लोग अज की नज़र ना वेखन लगे आ पर मैनू मुसीबत बहुत झलनिया पड़िया बड़िया मुसीबत कट के फिर मेरा शरीर बनया मतलब बच परिवार के भी भुखे मरन की नौबत आ गई सी तो चलो फिर भी परमात्मा का आसरा था कि सज्जन मित्रां ने मेरा बहुत साथ दिता हूँ भी बाहरों पैसे मैं मतलब पहली आवाज नहीं देन देंगे भी कि चीज़ की लड़ पाँदे मैं कुछ जोड़े हूँ मैं द्वारे ना उन्होंने थोड़ा भग थ्रू उन्होंने धन्यवाद भी करूँगा मैं पाँच सत्त बंदे हूँ भी यहोजे जे पक्के मेरे नाल खड़े आ जो तुम सवेरे क्या भी किन्ने बजे लाने शुरू कर दें चिट्टे चिट्टा भाजी मैं सवेरे बस मेरी आदत पहले तुम दस मैं उठ के पाठ करता हाँ उस दौरान भी मैं चिट्टे दौरान भी पाठ मतलब करते ही चार बजे उठ के मैं पहला टैट ही होना फिर कुछ भी काम फिर वो नशे वाले का यही काम होंगे जी पहला सब तो नशा मेन होंगे बाकी भला सारी दुनिया रुड़ जाए बंदा मानसिक तौर पर गुलाम हो जाता गुलाम हो जाता हाँ जी हाँ जी तुम क्या भी एक एक ही जरूर दस्यो कई इंटरव्यू साड़ी हुई कई नौजवानों ने साड़ी गलबात हुई है वह कहेंदे कि सानू कुछ नहीं सोचता इस तो बिना मतलब जिमें हुण तुसीं भी आख्या उदों फिर ख्यालात कहो जो आते दिमाग दे विच कोई आम जिमें परिवार आ तुहाडा बच्चे सी तुहाडे बाकी भी परिवार के मैंबर होणगे इह भी हुंदा भी कमाई किस पासों ये सोच आउंदी है कोई भाजी सोच तो बंदे नूं आउंदी आ सोच उदों आउंदी जदों नशा ला लैंदा उदों आउंदी है हाँ जदों टुट्टिया हुंदा उदों उहनूं कुछ नहीं दिंदा भाजी उतों ए हों भला बंदा मार दिया मैं नशा चाहिए ता ही यह मुंडे इन्ने वाकई करते चंगे चंगे घर के मुंडे चोरिया च फड़े जाते थोड़े सामने ये नशा पता नहीं किस हिसाब का बनाया मेरी तो गवर्नमेंट को मतलब बेनती है भी नशा पंजाब बिल्कुल ही बंद ही होना चाहिए बंदे के बस ही कुछ नहीं रहा भाई बंदा बिल्कुल बुरी तरह गुलाम हो जाता यदा बस ये तो फिर परमात्मा की रजा ना ही बंदा जो वो मर्जी हो बंदा थोड़ी हिम्मत रखे फिर निकल सकता ऐसी गल नहीं जो नौजवान फसे आ यही नहीं सोचना चाहिए उन्होंने भी बस अभी तो हम मरेंगे बहुत बंद इस तरह ही सोचते हैं पहला मैनू भी यही लगता हूँ सी पर मैं थोड़े सामने सारे के जाऊँगी जागती मिसाल 43 साल की उम्र हो गई द्वारे तकड़ा होया बंदा कुछ भी कर सकता जिते चाह तो उत्थे रहा हाँ जी 43 कि उम्र च लग गए मैं जी समझ लो तुम अब हिसाब ला लो 34-35 के नेड़े ही सी मैं आम तौर पर होंगे भी ये बंदा इस पास जाता 18-20 जो नवी नवी उम्र उन्होंने उम्र मैं चाह भी नहीं पीता पिंड मेरे सारे पता भाजी कबड्डी खेडते मैं नशा नहीं किया तो पहला मैं भी आस जो कोई बहरों मल मुल आ के झंडी करना ही मैं फड़ लेंदा ढाई लेंदा ही तकरीबन हाँ जी ये चीज़ सी ये चीज़ सी मतलब तुम्हें वही उम्र लगी ऑल्ट लगे मैं फिर ना मेरे थोड़े जे हालात उस हिसाब के बन गए भाजी मेरा तो बिजनेस चो घाटा घुटा पैनना जो उजड़ गए फिर थोड़ा दिल छड़ के वाली गल होगी वो करके इधर हाँ जी हाँ जी अच्छा एक आ दसो भी ये सवाल करना उम्र का बड़ा चक्कर पैंता लोग हूँ लुका होंगे भी घट दस के भी इन्नी उम्र इन्नी दसद थोड़ी उम्र वैसे ही घट लगती है की राज है पता ही नहीं लगता एक्सरसाइज वधिया डाइट हैं सुबह सवेरे उठना सवेरे ठीक है वो महावाह गुरबाणी का है तो सुबह सवेरे का जागना जे कोई जागे नित एक वधेंदी आर जा दूजा साहब आवे चित बस सुबह तो मैं मेरी आदत 2 बजे मैं उठदा सुबह उठना ही उठना 2 बजे जाग आ जाती मैनू तो एक्सरसाइज मेरी ज़्यादा थोड़ी डाइट वधिया एक मैं टेंशन घट लेना भाजी ठीक है हाँ जी टेंशन का फर्क पैंदा बहुत टेंशन का फर्क पैंदा टेंशन ना बंदा दिना जी बुढ़ा हो जाता वो तो थोड़ा पता ही है टेंशन चिखा बराबर ही होंगी चंथा जगह एक बराबर हाँ जी हाँ जी राज है भी उम्र घट दिखनी है हाँ जी हाँ जी तो हम जी एक्सरसाइज है जिम्मे हम तुम आ बॉडी बिल्डिंग वाले पास आए हो ये एक अंदर जिम्मे नशे करके शरीर की कमजोरी किन्नी क पैंती है मानसिक तो चलो मानते हैं कि शरीर कमजोरी भी भाजी बहुत पै जाती बंदा कि उठना बैठना रह जाता हाँ नशा चिट्टा दिना जी बंद खत्म कर देता शराब नालों भी वो कमजोर करता बंद ठीक है हाँ जी तो पर ऐसी गल नहीं गी मतलब कुदरत ने अपने अंदर ना विटनेस पावर जिन्हों कहते अपने अंदर समर्था दी हुई है भी आप दोबारे अपना शरीर रिपेयर आपे हो जाता ठीक है विश्वास रख के मेहनत करके खुराक खानी पैंती है अपने अंदर इस तरह की शक्ति आ भी मतलब हरेक बीमारी ने लड़न का टाकरा रखती है वो जोड़ा भी अपना कितों भी कोई अंग पैर डैमेज होया हों रिपेयर कर समर्था अपने शरीर के बच्च ही आ पर आत्म विश्वास होना बहुत जरूरी है एक कहें भी कई नौजवानों साड़ी गल हुई कहें भी एक तोड़ फिर लग जाती है 2-2 महीने बाद लग जाती है 3-3 महीने बाद फिर जी करता नहीं भाजी यदि तोड़ जी शरीरक तोड़ तो नहीं लगती 2 महीने बाद ठीक है मानसिक तोड़ लगती है यदा वाला कारण यह तुम वधिया क्वेश्चन किया हाँ जी यदा सोसायटी बस जे भी भैन भरा ने कोई बच्चे नशा करते हैं सब तो पहला उन्होंने फोन खो के अंदर रखो यह रीजन यह बनता सोसायटी है जी उस तरह की बनी होंगी बंदे थोड़ा पता मंदे कमी नानका जद खद मंदा होए ठीक है तो जो अपन मंदे काम करते अपन मंदे ही बंदे मिलते हैं ओह जी सोसायटी मिल जाती है ना तो उस तरह के बंदे की करते हैं जिमें मान लो 2 महीने मतलब कोई ज़्यादा टाइम नहीं होंगे 6 महीने बाद भी लोग लग जाते कई साल बाद भी लग जाते ठीक है वह कारण बस यही बनता जिन्ना क मैं सीखा अपनी लाइफ के मैं थोड़ा जहा मच्योर करके मैं इन्होंने चीज़ों को फट गया आम ज़्यादा मुंडे इन्होंने चीज़ को नोट नहीं करते भी कारण की द्वारे लगन का कारण यही आ जी सोसायटी होंगी द्वारे कॉल करे
जो कोई भी नशे वाला कॉल करता हले ये जे अंदर तोड़ कोई जिमें मर्जी कह लो यदि कुछ भी कह लो ये नशे दे कटाणु कह लो कुछ कह लो वो अपने साल छे महीने अंदर ताज़ा रेंदे आ जो कोई अपन कह दिया भी चलीए भी पैसे है बना काम कर लगे उदो बंदे लूकंडा खड़ा हो जाता वो मानसिक तौर पर तोड़ लग जाती बंदा दचित्ती फस जाता छिया महीनों बाद भी फिर वो खीर दिमाग वह इन्ना मतलब प्रेस करता नशा है कई बंदे उठ के तुर पेंदे भी यार अज्जी दिहाड़ी ला लें वो अज्जी दिहाड़ी दिहाड़ी के चक्कर च फिर मंजे जाते बस आही कारण आ चक्कर है। हाँ जी बंद सोसाइटी सब तो पहले सब तो पहला माँ प्यों चाहिए जिदा बच्चा सेंटर चो आया जा मान लो तुम घरे आ फोन नंबर बंद करो जे यार दोस्त आ चाहे थोड़े सामने किन्ने चंगे बन चिट्टे वाले यार दोस्त चिट्टे वाले ही हो जे सियाने बंदे ने चिट्टे वाले की बनती नहीं होंगी हाँ क्योंकि वह रोकूगा उन्होंने उस टाइम वो भैड़ा लगता होंगे भैड़ा लगता इस करके उन्होंने यार दोस्तों का जो वेखो उन्होंने पड़ताल करो भी इस तरह के उन्होंने भी घर बनना बंद करो फिर बच्चा साल खंड वधिया दुआरी लीह आएगी गड्डी ये चिट्टे वाले की सवेर तो लैके ये भी साड़ना गल भी एक ही मन होंगे भी कितों आना है ये चीज़ बस होर तो कुछ सोचता ही नहीं भाजी सारी दिहाड़ी यही वेखी जाता कई तो हम मेरे अर्गे तो जमें मचोर से हथ कबीलदारी आपते भी ग्राम कट्ठा लिया के रख लें मैं तो भी दिन क्ड जमें मतलब चार पाँच दिन क्ड ले बिचों कुछ होर पीने वाले आ जाते उन्होंने दे देंगे पैसे वट के आपके योगा करना ही होंगे उन्हें किमें मर्जी करे वह कसूर नहीं होंगे ये कसूर मेन है गौरमेंटा का जो बंद नहीं कर दिया जो बंद नहीं हो हाँ जी हाँ जी जोड़ा बंदा गुलाम हो गया भाजी उन्हें तो आपका घर तो जाड़ना ही होंगे लोगों का भी नाल जाड़ दिता वो तो होर चार नालू आए होंगे मेरे लगन गए तो मेरा भी फायदा होगा लेके आऊगा हाँ जी हाँ जी क्योंकि आपके ढड़ का सगा हो जाता वो होर नहीं कहता हूँ कि मतलब कि हर रोज़ कि टाइम जिम लगाने कि मेहनत करते हैं भाजी प्रैक्टिस तो दिन ढल जाता रात पै जी मैं नहीं थकता तुम ये पिंड जहाँ ग्राउंड से भी फिरते मुंडे इन्हों पुछ लो मतलब स्प्रिंट मैं 100-100 भी मार जाता कई बार इन्ना जोश है मतलब जनून इन्ना ना भाजी सब तो वही गल जनून होना चाहिए जनून ना ही मैं सुबह 1:30 बजे उठ खड़ा ठीक है तो मैं मीह पेंदे भी नहीं हटिया गया मीह रुक जाता है मैं सच्ची गल परमात्मा मूहे अरदास कर दिए उन्होंने पता भी इन्हें हटना नहीं आदत तो मजबूर आए भला मैंने 5 मिनट मिलन फिर मैं वो बरांडे च वड़ जाना कि जिदन मैं मीह पेंदा तो उत्थे लाउणी टका के 3-4 घंटे ठीक है ਵੀ ਪ੍ਰੈਕਟਿਸ ਨਹੀਂ ਛੱਡੀ ਨਹੀਂ ਛੱਡੀ ਬਾਈ ਉਸ ਤੋਂ ਬਾਅਦ ਹੁਣ ਸੋਨੂੰ ਸੂਦ ਨਾਲ ਵੀ ਤੁਹਾਡੀ ਉਹਦੇ ਮੁਲਾਕਾਤ ਹੋਈ ਉਹਨਾਂ ਨੂੰ ਵੀ ਦੱਸਿਆ ਵੀ ਇਸ ਚੀਜ਼ ਦੇ ਵਿੱਚ ਉਹ ਬਹੁਤ ਬੰਦੇ ਖੁਸ਼ ਹੋਏ ਕਹਿੰਦੇ ਯਾਰ ਭਲਵਾਨ એનર્ਜੀ ਵੇਖ ਕੇ ਮਨ ਖੁਸ਼ ਹੋ ਗਿਆ ਤੇਰੀ ਯਾਰ ਬਹੁਤ ਸੋਹਣੀ ਬਾਡੀ ਆਂਦੇ ਮੈਂ ਉਹਨਾਂ ਨਾਲ ਲਾਈ ਵੀਡੀਓ ਵੀ ਤੁਹਾਨੂੰ ਦਿੰਦਾ ਮੈਂ ਠੀਕ ਹੈ ਕਹਿੰਦੇ ਮਨ ਹੀ ਖੁਸ਼ ਹੋ ਗਿਆ ਆਂਦੇ ਬਾਡੀ ਤਾਂ ਤੇਰੀ ਮੈਨੂੰ ਉਹਦੇ ਬਹੁਤ ਜ਼ਿਆਦਾ ਸੋਹਣੀ ਆ ਤੇ ਉਦੋਂ ਦਾ ਮੈਨੂੰ ਵੀ ਸਮਾਂ ਹੋਰ ਥੋੜੀ ਖੁਸ਼ੀ ਹੋ ਗਈ ਉਹਨਾਂ ਨੇ ਸਟੇਜ ਤੇ ਸੱਦ ਕੇ ਵੀ ਮੌਕਾ ਦਿੱਤਾ ਮੈਨੂੰ ਫਿੱਟ ਮੋਗਾ ਹਿੱਟ ਮੋਗਾ ਜੇ ਬੋਲਣ ਦਾ ਠੀਕ ਹੈ ਕਿ ਸ਼ਾਇਦ ਨੌਜਵਾਨਾਂ ਨੂੰ ਤੁਹਾਡੇ ਤੋਂ ਕੁਝ ਸਿੱਖਿਆ ਮਿਲ ਸਕੇ ਅਤੇ ਸਲੀਣਾ ਬਾਈ ਨੇ ਕਿਹਾ ਸੀ ਵੀ ਤੁਸੀਂ ਆਓਗੇ ਮੈਂ ਕਿਹਾ ਬਿਲਕੁਲ ਆਊਂਗਾ ਜਿੱਥੇ ਨੌਜਵਾਨਾਂ ਦਾ ਭਲਾ ਹੋਵੇ ਮੈਂ ਖੜੂੰਗਾ ਮੈਨੂੰ ਕੋਈ ਨਹੀਂ ਹੈਗਾ ਚੱਕਰ ਹੋ ਜਾ ਠੀਕ ਹੈ ਜੀ ਕਿਸੇ ਜਿਵੇਂ ਤੁਸੀਂ ਤਾਂ ਛੱਡ ਚੁੱਕੇ ਹੋ ਕੋਈ ਨੌਜਵਾਨਾਂ ਦਾ ਨਸ਼ਾ ਛਡਵਾਇਆ ਹੋਵੇ ਹਾਂਜੀ ਮੈਂ ਪਿੰਡ 'ਚ ਹੈਗੀ ਆ 2-3 ਮੁੰਡੇ ਪਰ ਨਾ ਮੈਨੂੰ ਇੱਕ ਗੱਲ ਦਾ ਅਫਸੋਸ ਆ ਵੀ ਉਹਨਾਂ ਸੁਸਾਇਟੀ ਨਹੀਂ ਛੱਡਦੇ ਮੈਂ ਵਾਰ ਵਾਰ ਉਹਨਾਂ ਦੇ ਘਰਦਿਆਂ ਨੂੰ ਵੀ ਹੁਣ 1-2 ਮੁੰਡੇ ਹੁਣ ਵੀ ਅੰਦਰ ਹੀ ਆ ਉਹ ਘਰੋਂ ਨਿਕਲਦੇ ਨੀਗੇ ਉਹਨਾਂ ਦੇ ਘਰਦਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਤੁਸੀਂ ਇਹਨਾਂ ਦੀ ਸੁਸਾਇਟੀ ਛਡਾਓ 1 ਸਾਲ ਨਾ ਇਹਨਾਂ ਦੇ ਨਸ਼ਿਆਂ ਨੂੰ ਲਾਗੇ ਲੱਗਣ ਦਿਓ ਫਿਰ ਉਦੋਂ ਬਾਅਦ ਇਹਨਾਂ ਨੂੰ ਉਹਦੇ ਚੰਗੇ ਮਾੜੇ ਦਾ ਆਪ ਹੀ ਪਤਾ ਲੱਗ ਜੂਗਾ ਫਿਰ ਦਿਮਾਗ ਬਿਲਕੁਲ ਵਾਸ਼ ਹੋ ਜਾਂਦਾ ਸਾਲ ਖੰਡ ਦੇ ਵਿੱਚ ਸਾਲ ਭਰ ਲਾ ਹਾਂਜੀ ਲਗਭਗ ਪਤਾ ਕੀ ਇਹਦਾ ਇਹ ਨਾ ਪਤਾ ਨਹੀਂ ਕੀ ਚੱਕਰਾ ਸਾਲ 6-6 ਮਹੀਨਿਆਂ ਬਾਅਦ ਮਤਲਬ ਲੋਕ ਲੱਗਣ ਦਾ ਇਹੀ ਮੇਨ ਕਾਰਨ ਆ ਠੀਕ ਹੈ ਸੁਸਾਇਟੀ ਮਜਬੂਰ ਕਰ ਦਿੰਦੀ ਫਿਰ ਨਾਲ ਦਾ ਦੋਸਤ ਜਦੋਂ ਕਹਿੰਦਾ ਬੰਦੇ ਦਾ ਮਨ ਫਿਰ ਭੜਕ ਜਾਂਦਾ ਜਿਵੇਂ ਕਹਿੰਦੇ ਅੱਜ ਲਾਲਾ ਇੱਕ ਨਾ ਟੁਕੜਾ ਲੱਗਣ ਲੱਗਿਆ ਅੱਛਾ ਫਿਰ ਨੌਜਵਾਨ ਜਿਵੇਂ ਹੁਣ ਤੁਹਾਡੇ ਤੁਸੀਂ ਦੇਖਦੇ ਹੋ ਤੁਹਾਨੂੰ ਦੇਖ ਕੇ ਕੋਈ ਫੋਨ ਵੀ ਆਉਂਦੇ ਆ ਵੀ ਅਸੀਂ ਹਾਂਜੀ ਭਾਜੀ ਮੋਗੇ ਜ਼ਿਲ੍ਹੇ ਦਾ ਘੱਟੋ ਘੱਟ 3000 ਮੁੰਡਾ ਮੇਰੀ ਨਿਗਾਹ 'ਚ ਆ ਜਿਹੜਾ ਮਤਲਬ ਮੈਨੂੰ ਫੋਨ ਕਰਕੇ ਵਿਚਾਰੇ ਪੁੱਛਦੇ ਆ ਵੀ ਭਾਜੀ ਅਸੀਂ ਛੱਡਣਾ ਚਾਹੁੰਦੇ ਚਿੱਟਾ ਪਰ ਛੋੜ 3000 ਮੁੰਡਾ 3000 ਮੁੰਡਾ ਮੋਗੇ ਜ਼ਿਲ੍ਹੇ 'ਚ ਆ ਘੱਟੋ ਘੱਟ ਜਿਹੜਾ ਮੈਨੂੰ ਫੋਨ ਕਰਕੇ ਪੁੱਛਦੇ ਰਾਹ 'ਚ ਵੀ ਮੈਨੂੰ ਸਾਈਕਲ ਤੇ ਮਿਲਦੇ ਆ ਫੋਟੋ ਵੀ ਖਿਚਾਉਂਦੇ ਵਿਚਾਰੇ ਮੇਰੇ ਨਾਲ ਮੈਨੂੰ ਯਾਨੀ ਮੈਂ ਤਾਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਵੀ ਵੀਰੇ ਯਾਰ ਇਹ ਚੀਜ਼ ਕੁਛ ਵੀ ਨਹੀਂ ਰੱਖਿਆ ਤੁਸੀਂ ਥੋੜ੍ਹਾ ਜਿਹਾ ਹੰਬਲਾ ਮਾਰੋ ਤੁਸੀਂ ਮੇਰੇ ਕੋਲ ਪ੍ਰੈਕਟਿਸ ਕਰਨ ਆਓ ਮੈਂ ਤੁਹਾਨੂੰ ਕੋਈ ਪੈਸਾ ਵੀ ਨਹੀਂ ਲੈਂਦਾ ਫਰੀ ਕਰਾਊਂਗਾ ਪਰ ਯਾਰ ਚਿੱਟੇ 'ਚੋਂ ਬਾਹਰ ਆਓ ਤੁਸੀਂ ਮੈਨੂੰ ਪਤਾ ਮੇਰੀ ਮਾਂ ਮੇਰੇ ਬਾਈ ਸਦਮੇ 'ਚ ਹੀ ਮਰ ਗਈ ਅੱਛਾ ਜੀ ਹਾਂਜੀ ਬਿਲਕੁਲ ਉਹਨੇ ਕਿਹਾ ਵੀ ਪਤਾ ਨਹੀਂ ਹੁਣ ਅੱਗੇ ਜਾ ਕੇ ਕੀ ਹੋਊ ਤਾਂ ਮੈਂ ਆਪਦੀ ਮਾਂ ਮਤਲਬ ਗਵਾਲੀ ਜ਼ਰੂਰ ਪਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਹੋਰ ਦਾ ਕੋਈ ਇਸ ਤਰ੍ਹਾਂ ਨੁਕਸਾਨ ਹੋਵੇ ਅਤੇ ਮੈਂ ਸਟੇਜਾਂ 'ਤੇ ਵੀ ਤਾਂ ਹੀ ਖੁੱਲ੍ਹ ਕੇ ਬੋਲਦਾ ਬਾਈ ਮਾਂ ਬੜਾ ਹੁੰਦਾ ਕਿਉਂਕਿ ਮਾਂ ਨਹੀਂ ਛੱਡ ਸਕਦੀ ਨਹੀਂ ਛੱਡ ਸਕਦੀ ਸਾਰਾ ਕੋਈ ਛੱਡ ਸਕਦਾ ਹਾਂਜੀ 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 ਅਤੇ ਇਹ ਬੜੇ ਨੌਜਵਾਨਾਂ ਦੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਮਾਵਾਂ ਨਾਲ ਵੀ ਧੱਕਾ ਕਰ ਜਾਂਦੇ ਆ ਬਹੁਤ ਹੋ ਜਾਂਦਾ ਬਹੁਤ ਕੁਛ ਹੋ ਜਾਂਦਾ ਮੇਰੇ ਨਾਲ ਘਰ ਮੇਰੇ ਵੀ ਮਿਸਜੀਤ ਵਿਚਾਰੀ ਭਲੀ ਮਾਨਸਾ ਦੇ ਕਈ ਵਾਰੀ ਮੈਂ ਮੈਨੂੰ ਮਾੜਾ ਜਿਹਾ ਉਹਨਾਂ ਨੇ ਕਹਿਣਾ ਮੈਂ ਕੁੱਟਮਾਰ ਕਰ ਦੇਣੀ ਵੀ ਤੂੰ ਕੌਣ ਬੋਲਣ ਲਈ ਨਸ਼ੇ ਦੇ ਵਿੱਚ ਭਾਜੀ ਬੰਦੇ ਦਾ ਦਿਮਾਗ ਨਹੀਂ ਸੈੱਟ ਹੁੰਦਾ ਪਤਾ ਨਹੀਂ ਲੱਗਦਾ ਉਹਨੂੰ ਮੈਂ ਤਾਂ ਇਹ ਵੇਖਿਆ ਵੀ ਬੰਦਾ ਨਾ ਕਿਸਮ ਦਾ ਸਮਝ ਲਓ ਹਲਕੇ ਕੁੱਤੇ ਵਾਲਾ ਕੰਮ ਹੋ ਜਾਂਦਾ ਵੀ ਫਿਰ ਸਾਰੀ ਸਾਰੀ ਦਿਹਾੜੀ ਭੱਜੇ ਫਿਰਨਾ ਮੈਂ ਵੇਖਿਆ ਮੋਟਰਸਾਈਕਲ ਚੱਕ ਕੇ ਇੱਥੋਂ ਕਈ ਵਾਰੀ ਨਸ਼ਾ ਨਾ ਮਿਲਣਾ ਉਹ ਜਾਓ ਤੁਸੀਂ ਜੀਰੇ ਉੱਠ ਜਾਓ ਤੁਸੀਂ ਬੰਦਾ ਅੰਮ੍ਰਿਤਸਰ ਤੱਕ ਵੀ ਚਲਾ ਜਾਂਦਾ ਚੰਡੀਗੜ੍ਹ ਤੱਕ ਵੀ ਨਸ਼ੇੜੀ ਨਸ਼ੇ ਮਗਰ ਨਸ਼ੇ ਮਗਰ ਬਿਲਕੁਲ ਚਿੱਟੇ ਦਾ ਨਸ਼ਾ ਬਹੁਤ ਭੈੜਾ ਜੀ ਸਾਰੀ ਦਿਹਾੜੀ ਬੰਦੇ ਨੂੰ ਸੋਝੀ ਕੋਈ ਨਹੀਂ ਇਹਦੇ ਮਗਰ ਹੀ ਤੁਰਿਆ ਫਿਰਦਾ ਇਹਦੇ ਮਗਰ ਤੁਰਿਆ ਹਾਂਜੀ ਤੇ ਸਭ ਤੋਂ ਛੱਡਣਾ ਵੀ ਔਖਾ ਇਹ ਬਹੁਤ ਔਖਾ ਜੀ ਇਹਦੀ ਮਾਨਸਿਕ ਤੋੜ ਜ਼ਿਆਦਾ ਸਰੀਰਕ ਤੋੜ ਵੀ ਬਹੁਤ ਆ ਪਰ ਮਾਨਸਿਕ ਤੋੜ ਤਾਂ ਮੈਨੂੰ ਪਤਾ ਬਹੁਤ ਜ਼ਿਆਦਾ ਔਖੀ ਆ ਪਰ ਐਡੀ ਵੀ ਕੋਈ ਗੱਲ ਨਹੀਂ ਮਤਲਬ ਹਿੰਮਤ ਤੇ ਮਰਦ ਤੇ ਮਦ ਤੇ ਖੁਦਾ ਜੇ ਬੰਦਾ ਥੋੜ੍ਹੀ ਜਿਹੀ ਹਿੰਮਤ ਰੱਖੇ ਪਰਮਾਤਮਾ ਵੀ ਸਾਥ ਦਿੰਦਾ ਪਰਮਾਤਮਾ ਸਾਥ ਬਿਲਕੁਲ ਹਾਂਜੀ ਤੁਸੀਂ ਕਿਹਾ ਵੀ ਤੁਸੀਂ ਜਿਹੜਾ ਤੁਸੀਂ ਕਿਹਾ ਵੀ ਮੈਂ ਗੁਰਬਾਣੀ ਨਾਲ ਜਾਂ ਧਾਰਮਿਕ ਚੀਜ਼ਾਂ ਨਾਲ ਇਹ
ਇਹਦੇ ਵਿੱਚ ਇਹ ਵੀ ਇੱਕ ਸਹਾਈ ਹੋਇਆ ਤੁਹਾਡੇ ਨਾਲ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੱਸਾਂ ਮੇਰਾ ਇੱਥੇ ਸਾਥੋਂ ਸੀਨੀਅਰ ਪਲੇਅਰ ਹੀ ਸੀਗਾ ਉਹ ਮੈਨੂੰ ਕਹਿੰਦਾ ਭਲਵਾਨ ਯਾਰ ਤੂੰ ਕੋਈ ਕੰਮ ਧੰਦਾ ਕਰ ਲੈ ਕੰਮ ਤਾਂ ਮੈਥੋਂ ਹੁੰਦਾ ਨਹੀਂ ਸੀ ਮੈਂ ਤੁਹਾਨੂੰ ਦੱਸਾਂ ਦਰੰਗ ਗੂੰ ਹੋਏ ਪੈਰਾਂ ਭਰ ਵੀ ਨਹੀਂ ਬੈਠਾ ਜਾਂਦਾ ਹੁੰਦਾ ਜੀ ਮੈਥੋਂ ਅਤੇ ਕਹਿੰਦਾ ਹੁਣ ਉਮਰ ਲੰਘ ਗਈ ਯਾਰ ਵੀ ਘੱਟੋ ਘੱਟ ਤੂੰ 15-16 ਸਾਲ ਟੱਪ ਗਈ ਉਮਰ ਤੇਰੀ ਪਹਿਲਾਂ ਤਾਂ ਹੋ ਸਕਦਾ ਹੀ ਸੰਭਵ ਆਉਂਦਾ ਹੁਣ ਯਾਰ ਤੂੰ ਕੋਈ ਕੰਮ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਜੇ ਗੌਤਮ ਰਿਖੀ ਆਪਦੀ ਤਪੱਸਿਆ ਨਾਲ ਯੁੱਗ ਪਲਟ ਸਕਦਾ ਨਾ ਪਹਿਲਾਂ ਦੁਆਪਰ ਯੁੱਗ ਹੋਣਾ ਸੀ ਸ਼੍ਰੀ ਕ੍ਰਿਸ਼ਨ ਵਾਲਾ ਮਤਲਬ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਅਤੇ ਤ੍ਰੇਤਾ ਯੁੱਗ ਬਾਅਦ 'ਚ ਆਉਣਾ ਸੀ ਫਿਰ ਤ੍ਰੇਤਾ ਪਹਿਲਾਂ ਆਇਆ ਕਿਉਂਕਿ ਤ੍ਰੇਤਾ ਉਹ ਸਟੋਰੀ ਥੋੜ੍ਹੀ ਜਿਹੀ ਲੰਬੀ ਹੈ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੋਣਾ ਸ਼੍ਰੀ ਰਾਮ ਚੰਦਰ ਦਾ ਯੁੱਗ ਪਲਟਦਾ ਸੀ ਗੌਤਮ ਰਿਖੀ ਨੇ ਭਗਤੀ ਦੀ ਸ਼ਕਤੀ ਆ ਤਾਂ ਭਗਤੀ ਕੀਤੀ ਹਾਂਜੀ ਹਾਂਜੀ ਤਪੱਸਿਆ ਹੀ ਆ ਕਸਮ ਜੀ ਮੇਰੀ ਘੱਟੋ ਘੱਟ 17-18 ਘੰਟੇ ਵੀ ਮੈਂ ਲਾ ਜਾਂਦਾ ਭਾਜੀ ਠੀਕ ਹੈ ਗੁਰਬਾਣੀ ਨਾਲ ਚੱਲਦੀ ਹੁੰਦੀ ਮੇਰੇ ਮੈਂ ਬਾਈ ਨਾ ਭਗਵਾਨ ਸਿੰਘ ਜੀ ਆ ਸਾਡੇ ਕੋਚ ਸਾਹਿਬ ਠੀਕ ਹੈ ਮਤਲਬ ਮੈਂ ਤਾਂ ਉਹਨਾਂ ਨੂੰ ਬ੍ਰਹਮ ਗਿਆਨ ਨੂੰ ਹੀ ਮੰਨਦਾ ਠੀਕ ਹੈ ਜੀ ਬਾਈ ਭਾਨਾ ਕੋਚ ਕਹਿ ਦਿੰਦੇ ਉਹਨਾਂ ਨੂੰ ਨਾਮ ਉਹਨਾਂ ਦਾ ਸਰਦਾਰ ਭਗਵਾਨ ਸਿੰਘ ਆ ਜੀ ਉਹ ਬੰਦੇ ਜਾਣੀ ਜੇ ਸਹੀ ਮਹਿਣਾ 'ਚ ਪੁੱਛਿਆ ਜਾਵੇ ਮੈਨੂੰ ਮਾਰਗ ਉਹਨਾਂ ਨੇ ਬਹੁਤ ਦਿਖਾਇਆ ਠੀਕ ਹੈ ਜਦੋਂ ਮੈਂ ਸ਼ੁਰੂ ਸ਼ੁਰੂਆਤ 'ਚ ਕੀਤੀ ਉਹਨਾਂ ਨੇ ਕਦੇ ਨਹੀਂ ਮੈਨੂੰ ਕਿਹਾ ਵੀ ਤੂੰ ਕਰ ਨਹੀਂ ਸਕਦਾ ਉਹਨਾਂ ਦੀ ਉਮਰ ਅੱਜ 57 ਸਾਲ ਦੀ ਹੈ ਅਤੇ 5000 ਛਪਾਟਾ ਮਾਰ ਜਾਂਦੇ ਉਹ ਵੀ ਬਾਈ ਠੀਕ 5000 ਛਪਾਟਾ ਮਤਲਬ ਮੂੰਹ ਨਾਲ ਕਹਿ ਦੇਣਾ ਸੌਖਾ ਬੜੀ ਵੱਡੀ ਗੱਲ ਆ ਛਪਾਟਾ ਮਾੜਾ ਛਪਾਟੇ ਜਿਹੜੀ ਊਠ ਬੈਠ ਕੇ ਡੰਡ ਹੁੰਦੇ ਆ ਅੱਛਾ ਠੀਕ ਭਲਵਾਨੀ ਡੰਡ ਕਹਿੰਦੇ ਊਠ ਬੈਠ ਕੇ ਡੰਡ ਆਮ ਮੁੰਡਿਆਂ ਤੋਂ 50 ਨਹੀਂ ਲੱਗਦੇ ਹੁਣ ਨਵੇਂ ਮੁੰਡੇ ਜਿਹੜੇ ਭੱਜੇ ਫਿਰਦੇ 50 ਡੰਡਾਂ ਨਾਲ ਹੋਂਕ ਜਾਣਗੇ 5000 ਡੰਡ ਮਾਰ ਜਾਂਦਾ ਬਾਈ 4.5 ਘੰਟਿਆਂ 'ਚ ਲਗਾਤਾਰ ਹਾਂ ਬਿਲਕੁਲ ਲਗਾਤਾਰ ਮੈਂ ਵੀ ਮਾਰ ਜਾਂਦਾ ਪਰ ਉਦੋਂ ਦੀ ਥੋੜ੍ਹੀ ਵੱਖਰੀ ਸਪੀਡ ਆ ਤੁਸੀਂ ਮਾਰ ਜਾਂਦੇ ਮੈਂ ਵੀ ਮਾਰ ਜਾਂਦਾ ਹਾਂਜੀ ਅਤੇ ਉਹਨਾਂ ਨੇ ਮੈਨੂੰ ਇਹ ਗੱਲ ਹਮੇਸ਼ਾ ਦੱਸੀ ਸੀ ਵੀ ਸੁਖਮਣੀ ਸਾਹਿਬ ਕੰਨਾਂ 'ਚ ਲਾ ਕੇ ਤੂੰ ਆਪਦਾ ਜੋ ਵੀ ਕਰਨਾ ਤੇਰੇ ਜਾਪ ਚੱਲਦਾ ਹੋਣਾ ਚਾਹੀਦਾ ਫਿਰ ਕੁਛ ਵੀ ਸੰਭਵ ਨਹੀਂ ਇੱਕ ਉਹਨਾਂ ਨੇ ਮੈਨੂੰ ਇਹ ਮਾਰਗ ਦਿਖਾਇਆ ਸੀ ਕਹਿੰਦੇ ਵੀ ਸੰਤ ਸਿੰਘ ਮਸਕੀਨ ਦੀ ਕਥਾ ਸੁਣੀ ਸੰਤ ਸਿੰਘ ਮਸਕੀਨ ਕਹਿੰਦੇ ਜਿਹੜੇ 2-4 ਵਜੇ ਦੇ ਵਿੱਚ ਉੱਠਦੇ ਆ ਨਾ ਉਹ ਦੇਵਤਿਆਂ ਦਾ ਪਹਿਰਾ ਹੁੰਦਾ ਅਤੇ ਦੁਨੀਆਂ ਦੇ ਰਾਜ ਉਹਨਾਂ ਦਾ ਹੁੰਦਾ ਹੀ ਹੁੰਦਾ ਉਮਰ ਜੋ ਵੀ ਮਰਜ਼ੀ ਹੋ ਸਵੇਰ ਦਾ ਉੱਠਣਾ ਆਮ ਹੀ ਕਹਿੰਦੇ ਆ ਸਾਡੇ ਹਾਂਜੀ ਧਾਰਮਿਕ ਸਾਰੇ ਹੀ ਕਹਿੰਦੇ ਵੀ ਸਵੇਰ ਦਾ ਉੱਠਿਆ ਜਿਹੜਾ ਵੇਲੇ ਦੀਆਂ ਕੰਮ ਅਤੇ ਕਵੇਲੇ ਦੀਆਂ ਟੱਕਰਾਂ ਹਾਂਜੀ ਹਾਂਜੀ ਉਹ ਇੱਕ ਕਹਾਵਤ ਬਣੀ ਆ ਨਾ ਸੁੱਤਿਆਂ ਦੀਆਂ ਕੱਟੇ ਸੁੱਤਿਆਂ ਦੇ ਜਾਗਦਿਆਂ ਦੀਆਂ ਕੱਟੀਆਂ ਮਤਲਬ ਸੁੱਤਿਆਂ ਦੀਆਂ ਉਹ ਕੱਟੇ ਕੱਟੀਆਂ ਮੱਝ ਵਾਲਾ ਕੱਟਾ ਕੱਟੀ ਨਹੀਂ ਮੇਰਾ ਮੰਨਣਾ ਇਹ ਆ ਵੀ ਜਿਹੜੇ ਸੌ ਗਏ ਉਹ ਤਾਂ ਘੱਟ ਦਿਨ ਕੱਟੀਆਂ ਕਰ ਜਾਂਦੇ ਆ ਅਤੇ ਜਿਹੜੇ ਜਾਗਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਦਿਨ ਕਿਵੇਂ ਕੱਟੇ ਜਿਹਨਾਂ ਨੇ ਮਿਹਨਤਾਂ ਕੀਤੀਆਂ ਹੁੰਦੀਆਂ ਉਹ ਮਤਲਬ ਹੈ ਇਹਦਾ ਉਹ ਮਤਲਬ ਹਾਂਜੀ ਹਾਂਜੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਇਸ ਚੀਜ਼ ਤੋਂ ਬਾਹਰ ਨਿਕਲਣ ਦਾ ਮੈਂ ਤਾਂ ਮਤਲਬ ਇਹੀ ਕਹਿਣਾ ਚਾਹੂੰਗਾ ਵੀ ਬਾਈ ਤੁਸੀਂ ਨਾ ਨਸ਼ੇ ਪੱਤੇ ਤੋਂ ਬਚੋ ਕਿਉਂਕਿ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਦੂਜਾ ਇਹ ਨਸ਼ਾ ਇਸ ਤਰ੍ਹਾਂ ਦਾ ਤੁਹਾਨੂੰ ਵੇਖਣ ਨੂੰ ਕੇਰਾਂ ਤਾਂ ਐਂ ਲੱਗਦਾ ਵੀ ਬੜਾ ਮਜ਼ਾ ਆ ਗਿਆ 2-4 ਦਿਨ ਤਾਂ ਆਊਗਾ ਜੇ ਕੋਈ ਤੁਹਾਨੂੰ ਨਸ਼ਾ ਖਾਣ ਨੂੰ ਕਹਿੰਦਾ ਨਾ ਤੁਹਾਡਾ ਦੋਸਤ ਨਹੀਂ ਦੁਸ਼ਮਣ ਆ ਉਹ ਬੰਦੇ ਤੋਂ ਕਿੱਲਾ ਵਾੜ ਦੀ ਪਾਸੇ ਹੋ ਕੇ ਲੰਘੋ ਦੂਜੀ ਗੱਲ ਪਰਮਾਤਮਾ ਦਾ ਨਾਂ ਲਓ ਸੁਬਹ ਉੱਠ ਕੇ ਗੁਰਦੁਆਰੇ ਜਾਓ ਸਭ ਤੋਂ ਸਹਾਇਕ ਪਰਮਾਤਮਾ ਦਾ ਨਾਂ ਹੈ ਫਿਰ ਬੰਦਾ ਮਤਲਬ ਕਿ ਕੁਛ ਵੀ ਕਰ ਸਕਦਾ ਜੇ ਪਰਮਾਤਮਾ ਦੀ ਮਰਜ਼ੀ ਹੋਵੇ ਤਾਂ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਗੁਰਬਾਣੀ ਦੇ ਸ਼ਬਦ ਆ ਜੇ ਪ੍ਰਭੂ ਭਾਵੇ ਤਾਂ ਤੁਹਾਨੂੰ ਮਤਲਬ ਮਰਿਆ ਪਿਆਂ ਨੂੰ ਵੀ ਖੜੇ ਕਰ ਸਕਦਾ ਜੇ ਨਹੀਂ ਤਾਂ ਤੁਸੀਂ ਹਿੰਮਤ ਨਹੀਂ ਤੁਹਾਡੀ ਨਹੀਂ ਹਿੰਮਤ ਨਹੀਂ ਹੋਊਗਾ ਹਾਂਜੀ ਹਾਂਜੀ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਨਿਕਲਣ ਵਾਸਤੇ ਜਿਹੜੇ ਤੁਸੀਂ ਕਿਹਾ ਬਸ ਗੁਰਬਾਣੀ ਨਾਲ ਜੁੜਨਾ ਬਹੁਤ ਕਿਸੇ ਵੀ ਧਰਮ ਦਾ ਹੋਵੇ ਪਰਮਾਤਮਾ ਇੱਕ ਹੀ ਆ ਗੁਰਬਾਣੀ ਵੀ ਇਹਦੀ ਆਦ ਅੰਤ ਸੋਈ ਗੁਰੂ ਸਮਝੋ ਹਮਾਰਾ ਸੇਧ ਲੈਣੀ ਚਾਹੀਦੀ ਹਾਂਜੀ ਸੇਧ ਲੈਣੀ ਚਾਹੀਦੀ ਕੋਈ ਵੀ ਧਾਰਮਿਕ ਜਗ੍ਹਾ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਤੁਸੀਂ ਜੇ ਸਿੱਖ ਧਰਮ ਨਾਲ ਲੇਟਣਾ ਤਾਂ ਗੁਰਦੁਆਰੇ ਜਾਓ ਹਿੰਦੂ ਧਰਮ ਨਾਲ ਲੇਟਣਾ ਮੰਦਰ ਜਾਓ ਮਸਜਿਦ ਜਾਓ ਪਰਮਾਤਮਾ ਇੱਕ ਹੀ ਆ ਜਾਣੀ ਸ੍ਰਿਸ਼ਟੀ ਚਲਾਉਣਾ ਅੰਦਰ ਬੰਦੇ ਦੇ ਇੱਕ ਹੀ ਆ ਅੰਦਰ ਹੀ ਬੈਠਾ ਉਹ ਅੰਦਰ ਹੀ ਬੈਠਾ ਹਾਂਜੀ ਹੁਣ ਪਰਿਵਾਰ ਖੁਸ਼ ਆ ਪੂਰੇ ਖੁਸ਼ ਆ ਜੀ ਹੁਣ ਤਾਂ ਅਤੇ ਮਤਲਬ ਬੱਚੇ ਵੀ ਪੂਰੇ ਖੁਸ਼ ਆ ਠੀਕ ਆ ਹਾਂਜੀ ਹਾਂਜੀ ਹੁਣ ਉਹ ਲਾਂਭੇ ਨਹੀਂ ਨਾ ਨਾ ਹੁਣ ਤਾਂ ਸਮਾਂ ਪਿੰਡ ਵੀ ਪੂਰਾ ਖੁਸ਼ ਆ ਪਿੰਡ ਮਾਣ ਕਰਦਾ ਆਪਣੇ ਦੇ ਪੂਰਾ ਮੇਰਾ ਸਾਥ ਦਿੰਦੇ ਪੂਰਾ ਕੁਛ ਮੈਂ ਤੁਹਾਡੇ ਮੈਨੂੰ 5-2 ਕੁ ਮਿੰਟ ਦਾ ਟਾਈਮ ਦਿਓ ਮੈਂ ਜਿਹੜੇ ਮੇਰੇ NRI ਭਰਾ ਨੇ ਮੇਰੀ ਪੈਠ ਨਹੀਂ ਲੱਗਣ ਦਿੰਦੇ ਨਾ ਮੈਂ ਉਹਨਾਂ ਦਾ ਥੋੜ੍ਹਾ ਮਤਲਬ ਮੇਰੇ ਕੋਲ ਨਾਂ ਉਹਨਾਂ ਦੇ ਬੋਲ ਦਿਓ ਹਾਂਜੀ ਹਾਂਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਵਿੱਚ ਸਾਡੇ ਕੋਚ ਸਾਹਿਬ ਆ ਬਾਈ ਭਗਵਾਨ ਸਿੰਘ ਭਾਨਾ ਤੁਹਾਨੂੰ ਦੱਸਿਆ ਇਹਨਾਂ ਨੇ ਤਾਂ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ ਜੇ ਸਹੀ ਮਹਿਣਾ ਹੀ ਪੁੱਛਦੇ ਮੈਂ ਫਾਲੋ ਵੀ ਇਹਨਾਂ ਨੂੰ ਕਰਦਾ ਠੀਕ ਹੈ ਠੀਕ ਆ ਦੂਜੇ ਇੱਕ ਮੰਦਰ ਸਰਪੰਚ ਅਲਵਾਰੇ ਤੋਂ ਠੀਕ ਹੈ ਮੇਰੀ ਤਾਂ ਦੂਰ ਦੀ ਰਿਸ਼ਤੇਦਾਰੀ 'ਚ ਮੇਰਾ ਮਾਮਾ ਲੱਗਦਾ ਉਹਨਾਂ ਨੇ ਮੇਰਾ ਗੱਡੀ ਨਾਲ ਵੀ 2014 ਜਲਟੋ ਨਾਲ ਸਨਮਾਨਿਤ ਕੀਤਾ ਸੀ ਠੀਕ ਹੈ ਬੜਾ ਮਾਣ ਕਰਦੇ ਮਾਮਾ ਜੀ ਮੇਰਾ ਮਤਲਬ ਕਦੇ ਮੈਨੂੰ ਉਹਨਾਂ ਨੇ ਕਿਸੇ ਚੀਜ਼ ਨੂੰ ਮਤਲਬ ਸਮਝ ਲਓ ਮੈਂ ਉਹਨਾਂ ਨੂੰ ਜਾ ਕੇ 1,00,000 ਵੀ ਹੁਣ ਕਹਿ ਦੇਣਾ ਚਾਹੀਦਾ ਕਿਤੋਂ ਕਰਕੇ ਦੇਣ ਪਰ ਮੈਂ ਕਹਿੰਦਾ ਨੀਗਾ ਕਰਕੇ ਦੇਣਗੇ ਅਤੇ ਜਿਵੇਂ ਆ ਛਣੀ ਸਮਰਾ ਮੁੰਡਾ ਇਹਨੇ ਮੈਨੂੰ ਸਾਈਕਲ ਨਾਲ ਵੀ ਸਨਮਾਨਿਤ ਕੀਤਾ ਬਾਹਰੋਂ ਹੁਣ ਵੀ ਮੈਨੂੰ ਡਾਇਟ ਵਾਸਤੇ ਮਹੀਨੇ ਬਾਅਦ 10-15,000 ਰੁਪਇਆ ਪਾਉਂਦਾ ਹੀ ਪਾਉਂਦਾ ਠੀਕ ਹੈ ਇਹ ਵੀ ਬਹੁਤ ਵਧੀਆ ਨਾ ਇਨਸਾਨ ਆ ਇੱਕ ਮੇਰੇ ਚਾਚਾ ਜੀ ਲੜਕਾ ਅਮੈਰੀਕਾ ਦੇ ਵਿੱਚ ਪੂਰਨ ਸਿੱਧੂ ਠੀਕ ਹੈ ਉਹ ਮੁੰਡੇ ਨੂੰ ਮਤਲਬ ਥੋੜ੍ਹਾ ਜਿਹਾ ਬਿਮਾਰ ਆ ਉਹਦੇ ਟਿਊਮਰ ਹੋ ਗਿਆ ਸੀਗਾ ਠੀਕ ਹੈ ਜਦੋਂ ਉਹਨੇ ਇੰਟਰਵਿਊ ਸੁਣੀ ਮੈਨੂੰ ਆਉਂਦਾ ਵੀ ਬਾਈ ਹੁਣ ਨਹੀਂ ਮੈਨੂੰ ਕੁਛ ਹੁੰਦਾ ਇੰਨਾ ਬੰਦੇ ਨੇ ਮਾਣ ਕੀਤਾ ਚਲੋ ਉਹ ਬੰਦਾ ਵੀ
ਤੇ ਇੱਕ ਬਾਈ ਸੁਖਜੋਲ ਆ ਮੇਰੇ ਪਿੰਡ ਦਾ, ਠੀਕ ਆ, ਅਤੇ ਇੱਕ ਸੋਨੀ ਜੋਲ ਆ, ਦੋਨੇ ਮੁੰਡੇ ਕੈਨੇਡਾ ਦੇ ਵਿੱਚ ਬੈਠੇ। ਇਹ ਵੀ ਆਪਣਾ ਮੇਰੀ ਜੇ ਬਾਡੀ ਅੱਜ ਪੂਰੀ ਵਧੀਆ ਨੰਬਰਾਂ 'ਚ ਆ ਨਾ, ਪਰਮਾਤਮਾ ਦੀ ਕਿਰਪਾ ਨੇ। ਇਹਨਾਂ ਸਾਰੇ ਬੰਦਿਆਂ ਦਾ ਸਹਿਯੋਗ ਆ, ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਇੱਕ ਮੇਰੇ ਪਿੰਡ ਦਾ ਇੱਥੇ ਮੁੰਡਾ ਮੰਨੂ ਕਬਾੜਗਾ, ਉਹ ਮੁੰਡੇ ਨੇ ਵੀ ਮੈਨੂੰ ਬਾਈ ਕਦੇ ਵੀ ਮਤਲਬ ਕਿਸੇ ਗੱਲੋਂ ਕਿਹਾ ਹੀ ਨਹੀਂ ਵੀ ਨਹੀਂ ਭਲਵਾਣਾ ਹੋਣੀ ਨਹੀਂ, ਮੈਂ ਜਾ ਕੇ ਕੁਛ ਕਹਿ ਦਿਆ ਕਰੂੰਗਾ। ਇਹੋ ਜਿਹੇ ਸੱਜਣ ਮਿੱਤਰਾਂ ਦੇ ਕਰਕੇ ਅੱਜ ਜੇ ਮੈਂ ਨੰਬਰਾਂ 'ਚ ਦੁਆਰੇ ਆਇਆ ਨਾ। ਮੇਰਾ ਪਿੰਡ ਬਹੁਤ ਜ਼ਿਆਦਾ ਵਧੀਆ ਪਿੰਡ ਆ, ਮਤਲਬ ਇਹੋ ਜਿਹਾ ਪਿੰਡ ਕਿਸੇ ਦਾ ਵੀ ਨਹੀਂ ਹੋਣਾ ਮੈਨੂੰ ਪਤਾ। ਪਿਛਲੇ 8 ਸਾਲ ਤੋਂ ਮੈਂ ਇਹਨਾਂ ਦੇ ਸਿਰ 'ਤੇ ਘਰੇ ਬੈਠਾ ਬਾਈ ਖਾ ਰਿਹਾ ਖੁਰਾਕ। ਤੁਹਾਨੂੰ ਪਤਾ ਬੋਡੀ ਬਿਲਡਿੰਗ ਵਾਸਤੇ ਬਹੁਤ ਮਹਿੰਗੀਆਂ ਮਹਿੰਗੀਆਂ ਖੁਰਾਕਾਂ ਖਾਣੀਆਂ ਪੈਂਦੀਆਂ, ਅਤੇ ਜੇ ਇਹ ਬੰਦੇ ਨਾ ਹੁੰਦੇ ਫਿਰ ਪਹਿਲੀਆਂ ਇੰਟਰਵਿਊਆਂ 'ਚ ਵੀ ਮੈਂ ਦੱਸੇ ਬੰਦੇ ਸੌਂ ਦੀ ਗਿਣਤੀ 'ਚ ਕਿ ਮੇਰੇ ਨਾਲ ਖੜੇ ਆ ਬਾਈ। ਐਂ ਯਾਨੀ ਕਿ ਫਿਰ ਇੱਕ ਮੁੰਡਾ ਹੈਗਾ ਆਪਣਾ ਦਵਿੰਦਰ ਸਿਉਂ ਭੋਲਾ, ਸਰਪੰਚ ਗੁਰਜੰਡ ਸਿੰਘ ਦਾ ਬੇਟਾ, ਇੰਨਾ ਕੁ ਪਰਸਨ ਵਧੀਆ ਜਿੰਨਾ ਕਹਿ ਲਓ, ਠੀਕ ਆ। ਜਦੋਂ ਵੀ ਉਹਨੂੰ ਮਤਲਬ ਪਹਿਲੀ ਆਵਾਜ਼ ਨਹੀਂ ਉਹਨੇ ਕਿਤੇ ਕੱਢਣ ਦਿੱਤੀ, ਉਦੋਂ ਉਹਨੇ ਕਰਨੀ ਆ ਪੂਰੀ। ਇਹੋ ਜਿਹੇ ਬੰਦੇ ਸਹਿਯੋਗ ਆ ਤੁਹਾਨੂੰ, ਬਹੁਤ ਜ਼ਿਆਦਾ ਸਹਿਯੋਗ ਆ ਸਹਿਯੋਗ ਨਾਲ। ਅਤੇ ਇਸ ਟਾਈਮ ਮੇਰੇ ਪਿੰਡ ਦੇ ਵਿੱਚ ਪਲੇਅਰ ਵੀ 2-3 ਚੰਗੇ ਬਣਨ ਵਾਲੇ ਆ, ਠੀਕ ਆ। ਸਮਾਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਉਹਨਾਂ ਨੂੰ ਵੀ ਮਾੜਾ ਜਿਹਾ ਬਾਹਰ ਬੂਹਰ ਗੇੜਾ ਲਵਾਇਆ ਜਾਵੇ, ਜੱਸਾ ਮੁੰਡਾ ਕੋਠਿਆਂ ਤੋਂ ਬਾਬਾ ਜੱਸਾ। ਤੁਸੀਂ ਕਬੱਡੀ ਖੇਡਦੇ ਬਾਹਰ ਨਹੀਂ ਗਏ ਕਦੇ? ਨਹੀਂ ਭਾਅ ਜੀ, ਮੇਰਾ ਇਤਿਹਾਸ ਰਿਹਾ ਜਦੋਂ ਮੈਂ ਤਕੜਾ ਹੋਇਆ ਮੇਰੇ ਸੱਟ ਵੱਜਣ ਦੀ ਰਹੀ ਆ। ਠੀਕ ਹੈ, ਹਾਂਜੀ, 2-3 ਵਾਰੀ ਇਸੇ ਤਰ੍ਹਾਂ ਹੀ ਹੋਈ ਮੇਰੇ ਨਾਲ ਜਦੋਂ ਤਿਆਰੀ ਹੁੰਦੀ ਸੀ। ਹਾਂ, ਵਿੱਚੋਂ ਪੂਰੇ ਵਧੀਆ ਮੈਚ ਖੇਡਦੇ ਖੇਡਦੇ ਸੀਜ਼ਨ ਦੇ ਵਿਚਾਲੇ ਜਾ ਕੇ ਮੇਰਾ ਕੰਮ ਹੋਣਾ। ਕਿਹੜੇ ਕਿਹੜੇ ਪਲੇਅਰਾਂ ਨਾਲ ਖੇਡਿਆ ਤੁਸੀਂ? ਮੈਂ ਸਾਰਿਆਂ ਨਹੀਂ ਖੇਡਿਆ ਬਾਈ, ਸੀਰੇ ਪਿੱਥੋਂ ਵਾਲੇ ਹਰਗਿਆਣਾ, ਗੁਰਜੀਤ ਉਹ ਹਰਗਿਆਣਾ, ਸੁਖਵੀਰ ਸਰਾਵਾਂ ਹੋਣੀ, ਚੰਗੇ ਮਿੱਤਰ ਆ ਮੇਰੇ। ਪਲੇਅਰਾਂ ਨਾਲ ਤਾਂ ਸਾਰਿਆਂ ਨੇ ਖੇਡਿਆ, ਮੈਂ ਨਾਮੀਆਂ ਨਾਲ, ਠੀਕ ਹੈ, ਹਾਂਜੀ, ਉਹਨੂੰ ਸਾਰਿਆਂ ਨੇ ਖੇਡਿਆ, ਸਾਰਿਆਂ ਨਾਲ, ਹਾਂਜੀ। ਬਾਜਾ ਖਾਨ ਅਕੈਡਮੀ ਵੀ ਮੈਂ ਖੇਡਿਆ, ਮੋਗਾ ਅਕੈਡਮੀ ਵੀ ਖੇਡਿਆ, ਠੀਕ ਹੈ, ਹਾਂਜੀ ਹਾਂਜੀ। ਬਹੁਤ ਧੰਨਵਾਦ ਬਾਈ। ਹਾਂ, ਓਕੇ, ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜੀ। ਤਾਂ ਗੱਲਬਾਤ ਕੀਤੀ, ਇਹ ਗੱਲਬਾਤ ਕਰਨ ਦਾ ਮਕਸਦ ਇਹ ਹੈ ਕਿ ਉਹ ਨੌਜਵਾਨ ਜੋ ਆਸ ਛੱਡ ਚੁੱਕੇ ਆ ਇਸ ਦਲਦਲ ਦੇ ਵਿੱਚੋਂ ਨਿਕਲਣ ਦੀ, ਚਿੱਟੇ ਦੀ ਦਲਦਲ ਦੇ ਵਿੱਚੋਂ ਨਿਕਲਣ ਦੀ, ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣ ਦੀ, ਉਹਨਾਂ ਨੂੰ ਕੁਝ ਸੇਧ ਮਿਲੇ ਆ। ਬਾਈ ਹੈ, 43 ਸਾਲ ਦੀ ਉਮਰ ਸੀ, ਇਹ ਕਹਿੰਦਾ ਮੈਂ ਲੱਗਿਆ ਜ਼ਰੂਰ ਵੱਡੀ ਉਮਰ ਸੀ, ਛੱਡ ਵੀ ਗਿਆ, 1 ਸਾਲ ਰਾਜਮਾ ਕੀਤਾ, ਪਰ ਉਹਨੇ ਦੱਸਿਆ ਕਿ ਇਹਦਾ ਫਾਇਦਾ ਕੋਈ ਨਹੀਂ। ਤੁਸੀਂ ਆਰਥਿਕ ਤੌਰ 'ਤੇ ਵੀ ਮਰਦੇ ਹੋ, ਸਮਾਜਿਕ ਤੌਰ 'ਤੇ ਵੀ ਮਰਦੇ ਹੋ, ਅਤੇ ਪਰਿਵਾਰਕ ਤੋਂ ਪਰਿਵਾਰਕ ਵੀ ਤੁਹਾਡਾ ਖਤਮ ਹੋ ਜਾਂਦਾ। ਤਾਂ ਉਹਨਾਂ ਕਿਹਾ ਕਿ ਮੇਰੀ ਮਾਂ ਮੇਰੇ ਸਦਮੇ 'ਚ ਗਈ ਹੈ, ਮੈਂ ਚਾਹੁੰਦਾ ਕਿ ਹੋਰਾਂ ਮਾਂ ਹੋਰ ਮਾਵਾਂ ਇਸ ਸਦਮੇ 'ਚ ਨਾ ਜਾਣ, ਆਪਦੇ ਪੁੱਤਾਂ ਤੋਂ ਡਰਨ ਨਾ, ਕਿਉਂਕਿ ਚਿੱਟੇ ਵਾਲੇ ਤੋਂ ਉਹਦੀ ਮਾਂ ਵੀ ਡਰਦੀ ਹੈ, ਪਿਓ ਵੀ ਡਰਦਾ ਹੁੰਦਾ। ਤਾਂ ਨੌਜਵਾਨ ਸੇਧ ਰਹਿਣ, ਜੇ ਬਾਈ ਅੱਜ ਬਾਡੀ ਬਿਲਡਰ ਬਣ ਸਕਦਾ ਹੈ, ਚੰਗਾ ਨਾਮ ਕਮਾ ਸਕਦਾ ਹੈ, ਚੰਗੇ ਲੋਕਾਂ ਨਾਲ ਬੈਠਣੀ ਉੱਠਣੀ ਹੋ ਸਕਦੀ ਹੈ, ਤਾਂ ਤੁਹਾਡੀ ਵੀ ਹੋ ਸਕਦੀ ਹੈ। ਤੁਸੀਂ ਸਮਾਜ ਦਾ ਹਿੱਸਾ ਹੋ, ਸਮਾਜ ਤੁਹਾਨੂੰ ਅਪਣਾਉਣ ਨੂੰ ਤਿਆਰ ਹੈ, ਬਸ ਤੁਹਾਨੂੰ 2 ਕਦਮ ਤੁਰਨ ਦੀ ਜ਼ਰੂਰਤ ਹੈ। ਜੇ ਤੁਸੀਂ ਤੁਰ ਪਏ ਤਾਂ ਸਮਾਜ ਵੀ ਅਪਣਾਵੇਗਾ ਅਤੇ ਤੁਹਾਡਾ ਪਰਿਵਾਰ ਵੀ ਖੁਸ਼ ਹੋਵੇਗਾ।